जी दोस्तों, बहुत बड़ी खबर निकल के सामने आ रही है कि लापी दे चाचा जी का एक बहुत बड़ा बयान आया है ते जट्टां वाली गल कर दिती है कि कुड़ी अगर डॉप टेस्ट दे विच क्लियर होवेगी तद ही उन्हों घर रखा जाएगा, अदरवाइज कुड़ी नूं घरे नहीं रखा जाएगा। तुसी भी सुनो की कहा चाचा जी ने। ਕਿੱਦਾਂ ਹੁੰਦਾ ਉਹ, ਮਤਲਬ ਕਿ ਉਹਨੇ ਕਿਸੇ ਨਾਲ ਉੱਥੇ ਰਿਲੇਸ਼ਨ ਬਣਾਇਆ ਜਾਂ ਨਹੀਂ ਬਣਾਇਆ, ਉਹਦਾ ਮੈਡੀਕਲ ਟੈਸਟ ਕਰਾ ਕੇ ਅਸੀਂ ਰੱਖਾਂਗੇ। ਜੇ ਤੁਹਾਡੇ ਕਹਿੰਦਾ ਭਾਵ ਜੇ ਉਹ ਸੱਚੀ ਹੈ ਤਾਂ ਜ਼ਰੂਰ ਆ ਸਕਦਾ। ਹਾਂ, ਜ਼ਰੂਰ ਆ ਸਕਦੀ ਹੈ, ਪਰ ਅਸੀਂ ਉਹਦਾ ਮੈਡੀਕਲ ਕਰਾਵਾਂਗੇ। ਕੁਝ ਦਿਨ ਪਹਿਲਾਂ ਬੇਅੰਤ ਕੌਰ ਦੇ ਮਾਂ-ਬਾਪ ਦਾ ਇੱਕ ਇੰਟਰਵਿਊ ਲਿਆ ਸੀ ਜਿਸ ਵਿੱਚ ਸਾਹਮਣੇ ਆਇਆ ਸੀ। ਇਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਗਰ ਬੇਅੰਤ ਕੈਨੇਡਾ ਤੋਂ ਵਾਪਸ ਆਉਂਦੀ ਹੈ ਤਾਂ ਉਹ ਉਸ ਨੂੰ ਘਰ ਵਾਪਸ ਨਹੀਂ ਰੱਖਣਗੇ, ਅਗਰ ਲਾਪੀ ਦੇ ਮਾਂ-ਬਾਪ ਰੱਖਣਾ ਚਾਹੁੰਦੇ ਨੇ ਤਾਂ ਰੱਖ ਸਕਦੇ ਨੇ, ਜੇ ਮਾਰਨਾ ਚਾਹੁੰਦੇ ਨੇ ਤਾਂ ਮਾਰ ਸਕਦੇ ਨੇ। ਸੋ ਤੁਹਾਡੀ ਕੀ ਰਾਏ ਹੈ ਇਸ ਪ੍ਰਤੀ, ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦੱਸਿਓ। ਬੇਅੰਤ ਜਦੋਂ ਡਿਪੋਰਟ ਹੋ ਕੇ ਜੇ ਆ ਗਈ ਤਾਂ ਫਿਰ ਅੱਗੇ ਕੀ ਤੁਸੀਂ ਸੋਚਿਆ? ਤਾਂ ਉਹਨਾਂ ਨੇ ਇੱਕ ਗੱਲ ਕਹੀ ਆ ਵੀ ਜੇ ਉਹ ਡਿਪੋਰਟ ਹੋ ਕੇ ਆ ਜਾਂਦੀ ਹੈ ਤਾਂ ਸਾਡਾ ਕੁਝ ਲੈਣਾ ਦੇਣਾ ਨਹੀਂ ਹੈ, ਬੇਅੰਤ ਆਪਣੇ ਸਹੁਰਿਆਂ ਦੇ ਜਾਵੇ, ਉਹਦੇ ਸਹੁਰਾ ਪਰਿਵਾਰ ਹੀ ਉਹਨੂੰ ਰੱਖੇ ਤੇ ਸਾਡੇ ਕੋਲ ਉਹ ਨਾ ਆਵੇ, ਕਿਉਂਕਿ ਉਹਦਾ ਸਹੁਰਾ ਪਰਿਵਾਰ ਚਾਹੇ ਉਹਨੂੰ ਨੂੰਹ ਬਣਾ ਕੇ ਰੱਖਣ, ਚਾਹੇ ਧੀ ਬਣਾ ਕੇ ਰੱਖਣ ਤੇ ਚਾਹੇ ਉਹਨੂੰ ਮਾਰ ਦੇਣ, ਸਾਡਾ ਇਸ 'ਚ ਕੁਝ ਲੈਣਾ ਦੇਣਾ ਨਹੀਂ ਹੈ। ਤੁਹਾਡੇ ਪਰਿਵਾਰ ਨੇ ਇਹ ਗੱਲ ਕਹੀ ਹੈ, ਕੀ ਕਰੋਗੇ ਫਿਰ ਅੱਗੇ? ਹਾਂਜੀ ਮੈਮ, ਮੈਂ ਉੱਥੇ ਚਲੀ ਜਾਊਂਗੀ, ਮੈਨੂੰ ਉਹ ਲੈ ਕੇ ਗਏ ਸੀ ਵਿਆਹ ਕੇ, ਤਾਂ ਮੈਂ ਉੱਥੇ ਚਲ ਜਾਊਂਗੀ, ਮੈਨੂੰ ਇਹ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਇਸ ਤੋਂ ਅੱਗੇ ਤੁਹਾਨੂੰ ਦਿਖਾਉਣੇ ਆ ਜੋ ਚਾਚਾ ਜੀ ਨੇ ਇੱਕ ਇੰਟਰਵਿਊ ਕੀਤਾ ਹੈ, ਉਸ ਵਿੱਚ ਕਿਹਾ ਹੈ, ਸਾਫ਼ ਸਾਫ਼ ਕਿਹਾ ਹੈ ਕਿ ਅਗਰ ਕੁੜੀ ਇੱਥੇ ਆਉਂਦੀ ਹੈ ਤਾਂ ਉਹਦਾ ਡੋਪ ਟੈਸਟ ਜਾਂ ਕਿ ਸੈਕਸ ਟੈਸਟ ਕਰਵਾਇਆ ਜਾਵੇਗਾ ਕਿ ਉਸਨੇ ਕਿਸੇ ਨਾਲ ਸੈਕਸ ਕੀਤਾ ਹੈ ਜਾਂ ਨਹੀਂ। ਸੋ ਤੁਹਾਡੀ ਇਸ ਬਾਰੇ ਕੀ ਰਾਏ ਹੈ ਅਤੇ ਸੁਣੋ ਇਹ ਇੰਟਰਵਿਊ। ਜੀ ਜੇ ਉਹਨਾਂ ਦੇ ਵੱਲੋਂ ਇਸ ਚੀਜ਼ ਨੂੰ ਅਡੋਪਟ ਕੀਤਾ ਜਾਂਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਆ ਕੇ ਇੱਥੇ ਸੇਵਾ ਕਰੇ, ਸਾਡੇ ਉਹਦੇ ਲਾਪਰੀ ਦੇ ਮਾਂ ਪਿਓ ਨੂੰ ਸਾਂਭੇ, ਹੈ ਨਾ, ਕਿਉਂਕਿ ਉਹਨਾਂ ਦਾ ਸਹਾਰਾ ਜਿਹੜਾ ਸੀਗਾ ਉਹ ਇੱਕੋ ਇੱਕ ਸਹਾਰਾ ਸੀ, ਉਹ ਨਹੀਂ ਰਿਹਾਗਾ, ਨਹੀਂ ਰਿਹਾ ਵੀਰੇ, ਠੀਕ ਆ। ਤੇ ਜੇ ਉਹ ਮਤਲਬ ਇਹ ਸਾਂਭਣਾ ਉਹ ਚਾਹੁੰਦੀ ਹੈ ਵੀ ਉਹਨਾਂ ਦੇ ਮਾਂ ਪਿਓ ਨੂੰ ਉਹਨਾਂ ਦੀ ਜ਼ਿੰਮੇਵਾਰੀ ਲੈਂਦੀ ਆ, ਤਾਂ ਕੀ ਜਿਹੜੇ ਇਹ ਪਰਿਵਾਰ ਉਹਨੂੰ ਅਸੈਪਟ ਕਰੂ? ਜਮਾ ਕਰਾਂਗੇ, ਪਰ ਵੀਰੇ ਉਹਦਾ ਅਸੀਂ ਡੀਓ ਟੈਸਟ ਕਰ, ਡੋਪ ਟੈਸਟ ਕਿੱਦਾਂ ਹੁੰਦਾ ਉਹ, ਮਤਲਬ ਕਿ ਉਹਨੇ ਕਿਸੇ ਨਾਲ ਉੱਥੇ ਰਿਲੇਸ਼ਨ ਬਣਾਇਆ ਜਾਂ ਨਹੀਂ ਬਣਾਇਆ, ਉਹਦਾ ਮੈਡੀਕਲ ਟੈਸਟ ਕਰਾ ਕੇ ਅਸੀਂ ਰੱਖਾਂਗੇ। ਜੇ ਤੁਹਾਡੇ ਕਹਿੰਦਾ ਭਾਵ ਜੇ ਉਹ ਸੱਚੀ ਹੈ ਤਾਂ ਜ਼ਰੂਰ ਆ ਸਕਦਾ। ਹਾਂ, ਜ਼ਰੂਰ ਆ ਸਕਦੀ ਹੈ, ਪਰ ਅਸੀਂ ਉਹਦਾ ਮੈਡੀਕਲ ਕਰਾਵਾਂਗੇ। ਜੇ ਡਾਕਟਰ ਸਾਨੂੰ ਕਲੀਅਰ ਕਰਦੇ ਨੇ ਇੱਥੇ ਕੋਈ ਗਲਤ ਕੰਮ ਨਹੀਂ ਕੀਤਾ, ਕਿਸੇ ਮੁੰਡੇ ਦੇ ਲਿਵਿੰਗ 'ਚ ਨਹੀਂ ਹੈਗੀ ਭਾਈ, ਇਹ ਕੁੜੀ ਜਿੱਦਾਂ ਗਈ ਹੈ ਉਦਾਂ ਹੀ ਹੈ, ਮੋਸਟ ਵੈਲਕਮ ਜੀ। ਕੋਈ ਵੀਡੀਓ ਹੈ ਅਤੇ ਸਾਨੂੰ ਭੇਜਣਾ ਚਾਹੁੰਦੇ ਤਾਂ ਤੁਸੀਂ ਇਸ WhatsApp ਨੰਬਰ ਜੋ ਕਿ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਉਸ 'ਤੇ ਸਾਨੂੰ ਭੇਜ ਸਕਦੇ ਹੋ। ਧੰਨਵਾਦ।